ਹੈ ਨਾ ਮੇਜਰ ਹੀ। ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਮੈਂ ਆਪ ਜੀ ਦੇ ਸਾਹਮਣੇ ਦਿਲਰਬਾ ਸਾਜ਼ ਲੈ ਕੇ ਪ੍ਰਸਤੁਤ ਹੋਇਆ ਔਰ ਆਪ ਜੀ ਦੇ ਸਾਹਮਣੇ ਮੈਂ ਦਿਲਰਬਾ ਬਾਰੇ ਕੁਝ ਗੱਲਾਂ ਕਰਨਾ ਚਾਹੁੰਦਾ। ਦਿਲਰਬਾ ਸਾਜ਼ ਦਾ ਜਿੱਦਾਂ ਇਤਿਹਾਸ ਮੰਨਿਆ ਜਾਂਦਾ ਹੈ ਵੀ ਅੱਧਾ ਹਿੱਸਾ ਸਰੰਗੀ ਦਾ ਔਰ ਅੱਧਾ ਹਿੱਸਾ ਸਿਤਾਰ ਦਾ, ਇਹਨਾਂ ਦੋਨਾਂ ਦੇ ਜੋੜ ਨਾਲ ਇਹ ਸਾਜ਼ ਦਿਲਰਬਾ ਬਣਿਆ ਔਰ ਇਹਦਾ ਜੋ ਨਾਮ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਪਰਿਭਾਸ਼ਾ ਲੈ ਕੇ ਬੈਠਾ ਹੋਇਆ ਹੈ। ਦਿਲਰਬਾ, ਦਿਲ ਨੂੰ ਟੁੰਬਣ ਵਾਲਾ ਸਾਜ਼, ਦਿਲ ਦੇ ਨੇੜੇ ਸਾਜ਼ ਔਰ ਦਿਲ ਨੂੰ ਪਿਆਰ ਪਿਆਰ ਨਾਲ ਭਰਨ ਵਾਲਾ ਸਾਜ਼, ਦਿਲ ਨੂੰ ਗਹਿਰਾਈ ਤੱਕ ਲਿਜਾਣ ਵਾਲਾ ਸਾਜ਼। ਅਤੇ ਜਿੱਦਾਂ ਅਸੀਂ ਆਪਣੇ ਪਿਆਰਿਆਂ ਨੂੰ ਕਹਿ ਦਿੰਦੇ ਹਾਂ ਦਿਲਰਬਾ, ਜਦੋਂ ਇਹਨੂੰ ਕੋਈ ਸੁਣ ਲੈਂਦਾ ਤਾਂ ਉਹ ਇਹੀ ਕਹਿੰਦਾ ਇਹ ਸਾਜ਼ ਹੈ ਜੀ ਦਿਲਰਬਾ। ਤੋ ਅੱਜ ਆਪ ਜੀ ਦੇ ਸਾਹਮਣੇ ਇੱਕ ਦਿਲਰਬਾ ਲੈ ਕੇ ਪ੍ਰਸਤੁਤ ਹੋਏ ਅਤੇ ਕੁਛ ਇਹਦੇ ਵਿੱਚ ਵਣਗੀਆਂ, ਕੁਛ ਮੈਲੋਡੀਜ਼ ਇਹਦੀਆਂ ਮੈਂ ਆਪ ਜੀ ਦੇ ਸਾਹਮਣੇ ਸਾਂਝੀਆਂ ਕਰਨੀਆਂ ਚਾਹੁੰਦਾ। ਦੂਸਰੀ ਦੁਨੀਆ ਚ